ਆ ਚਾਦਰ ਵਿਛਾ ਦਿੰਨੇ ਆ ਤੇ ਗੱਦੇ ਇਧਰ ਨੂੰ ਖਿੱਚ ਕੇ ਚੱਕ ਕੇ ਚੰਗੀ ਤਰ੍ਹਾਂ ਵਿਛਾ ਦਾਂਗੇ। ਇਹਨਾਂ ਚਾਦਰ ਨੂੰ ਆਪਾਂ ਮਸ਼ੀਨ ਚ ਪਾ ਦਿੰਨੇ ਆ ਤੇ ਇਹਨੇ ਦੂਜੀ ਵੀ ਲਾ ਦਿੰਨੇ ਆ ਜੀ। देखो उधर सारी चादर चेंज करती हाँ, मतलब कि सर्दियों ने चक के गर्मियों ने बिछा दी हम बस हौली हौली धो दिया करा इन्हें टाइम लगना। सर्दियों वाली ने बहुत औखियां सुकदिया सी हूँ बस अपने जो सवेर के काम कार ने जो शुरू हो गए हैं इतों ही स्टार्टिंग होंगे झाड़ू पोचा कपड़े भांडे है ना सब्जी भाजी। ठीक है जी फिर लो जी आप इतने दूजी चादर बिछाते सैट नहीं आई छोटी रह गई तो फिर आपने आ बिछाती जी। तो उधर भी अपा ने जी इनवेटता सारा इधर जी अपने जिहड़ियां चादर धोतियां सीगियां वह सुकनियां पातियां ने ते होर मशीन चल रही है जी। बस अपने काम कार तकरीबन जिवें शुरू होए तो एवें चलते रहनगे तो फटाफट नबेड़ के फिर धुप्प हो जाती जी। धुप्प च काम करन नूं जी नहीं करता हैगा रूटीन दे काम जी स्टार्ट हो के कई घंटे लग जाते हैं फिर चलो दोपहर दोपहर मौज रहिंदी है ना ठंडे ठंडे ही होंदे ने हुण धुप्प जी बहुत हो जाती है हुण चुल्हे कन्नी जाने जी सब्जी भाजी वगैरह देखते हैं। लो जी हुण किचन च आ गए ने आ गया तो हजे अपने चाह दुध वाले भांडे एवें पए ने जी अज जिहड़े डब्बे च चाह बनाई सी धोणो आ दुध वाला सारा इन्हां नूं सैट करके बना के जी इत्थे रोटी पानी फिर आप साफ सफाई करांगे। छपिंदर जी कहिंदे पनीर चौल बना लो दही चावल देखदे आं जी। फिर इधर जी ठंडा ठंडा मौसम है तो
ਆ ਸਬਜ਼ੀਆਂ ਲਾਉਣ ਵਾਸਤੇ ਜੀ ਤਿਆਰ ਕਰ ਰਹੇ ਨੇ ਖੇਤ ਖੇਤ ਤਾਂ ਤਿਆਰ ਹੋ ਗਏ ਸੀ, ਮਤਲਬ ਖਾਲਾਂ ਸੈੱਟ ਕਰ ਰਹੇ ਨੇ, ਜਿਵੇਂ ਉੱਤੇ ਉੱਤੇ ਸਬਜ਼ੀਆਂ ਬੀਜ ਲਾਓ ਚਾਹੇ ਬੇਲਾਂ ਲਾਓ ਲਿਆ ਕੇ। ਅਤੇ ਆ ਦੇਖੋ ਕਿੰਨਾ ਵਧੀਆ ਮੌਸਮ ਹੈ, ਠੰਡਾ ਠੰਡਾ ਸਵੇਰ ਦਾ ਟਾਈਮ ਹੈ ਜੀ। ਉੱਧਰ ਆਪਣੇ ਲਹਸਣ ਗੱਠਿਆਂ ਨੂੰ ਲਾਈਟ ਆਈ ਤੋਂ ਪਾਣੀ ਦੇ ਤਾ, ਵਿੱਚ ਦੇਖੋ ਧਨੀਆ ਕਿੰਨਾ ਸੋਹਣਾ ਖੜਾ ਹੈ। ਦੇਖੋ ਆਪਾਂ ਕਹਿ ਦਿੰਦੇ ਹਾਂ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਜੀ ਖੇਤੀ ਕਰਨ ਵਾਸਤੇ। ਉਹ ਦੇਖੋ ਲਸਣ ਨੂੰ ਪਾਣੀ ਆਇਆ ਹੋਇਆ ਗੱਠਿਆਂ ਨੂੰ, ਵਿੱਚ ਧਨੀਆ ਕਿੰਨਾ ਸੋਹਣਾ ਖੜਾ ਹੈ। ਇੱਧਰ ਦੇਖੋ ਜੀ ਆ ਐਵੇਂ ਖਾਲਾਂ ਬਣਾਉਣੀਆਂ ਨੇ ਆਪਾਂ ਨੇ, ਆਲੇ ਦੁਆਲੇ ਸਾਈਡਾਂ 'ਤੇ ਬੇਲਾਂ ਜਾਂ ਬੀਜ ਲਾ ਦੇਣੇ ਨੇ, ਵਿੱਚ ਇਹਦੇ ਪਾਣੀ ਖੜ ਜੂ, ਫਿਰ ਸਿਮ ਸਿਮ ਕੇ ਵੱਟਾਂ 'ਤੇ ਪਾਣੀ ਚੜ੍ਹ ਜਾਂਦਾ ਹੁੰਦਾ ਜੀ। ਇਹ ਦੇਖੋ ਕਿੰਨੀਆਂ ਸੋਹਣੀਆਂ ਵੱਟਾਂ ਤਿਆਰ ਕਰੀਆਂ ਨੇ, ਇੱਥੋਂ ਦਿਖਾਉਂਦੇ ਹਾਂ ਤੁਹਾਨੂੰ। ਆ ਦੇਖੋ ਉਹ ਧੁਰ ਤੱਕ ਵਿੱਚ ਆਹ ਪਹੀ ਜੀ ਰੱਖ ਲਈ, ਆਲੇ ਦੁਆਲੇ ਵੱਟਾਂ ਪਾ ਤੀਆਂ, ਇਹਨਾਂ 'ਤੇ ਬੀਜ ਲੱਗ ਜਾਣਗੇ, ਆ ਖਾਲੀਆਂ ਦੇ ਵਿੱਚ ਪਾਣੀ ਖੜ ਜੂਗਾ ਜਿਹੜੀਆਂ ਖਾਲੀਆਂ ਨੇ। ਅਤੇ ਉੱਧਰ ਵੀ ਤਿਆਰ ਕਰ ਰਹੇ ਨੇ ਜੀ, ਚਾਰ ਆਪਾਂ ਨੇ ਖਾਲੀਆਂ ਤਿਆਰ ਕਰਨੀਆਂ ਨੇ, ਜਿਨ੍ਹਾਂ ਵਿੱਚੋਂ ਦੋ ਹੋ ਚੁੱਕੀਆਂ ਨੇ, ਦੋ ਉਹ ਕਰ ਰਹੇ ਨੇ। ਇੰਨੇ ਆਪਾਂ ਉੱਧਰ ਚਾਹ ਪਾਣੀ ਬਣਾਉਂਦੇ ਹਾਂ ਜੀ। ਇੱਧਰ ਜੀ ਪਹਿਲਾਂ ਬੀਜ ਤੋਂ ਬੇਲ ਤਿਆਰ ਕਰਨੀ ਪੈਂਦੀ ਆ। ਆ ਦੇਖੋ ਸਾਰੇ ਕਾਸੇ ਦੀਆਂ ਬੇਲਾਂ ਨੇ ਇਹ ਕਿਆਰੀਆਂ ਦੇ ਵਿੱਚ ਰੱਖਦੀਆਂ, ਪਹਿਲਾਂ ਤੁਹਾਨੂੰ ਦੱਸਿਆ ਵੀ ਕਿਆਰੀਆਂ ਤਿਆਰ ਕਰੀਆਂ, ਮਤਲਬ ਜਗ੍ਹਾ ਤਿਆਰ ਕਰੀ, ਫਿਰ ਵੱਟਾਂ ਕਿਆਰੀਆਂ। ਅਤੇ ਫਿਰ ਆਹ ਦੇਖੋ ਇੱਧਰ ਖਾਲ ਲਾਈਟ ਭੱਜੀ ਹੋਈ ਹੈ ਜੀ ਆਪਾਂ ਨੇ ਘਰ ਵਾਲੀ ਮੋਟਰ ਨਾਲ, ਏ ਇੱਧਰ ਖਾਲ ਦੇ ਵਿੱਚ ਚਵੱਚਾ ਭਰਿਆ, ਅਤੇ ਹਜੇ ਵੀ ਟੈਂਕੀ ਵਾਲੀ ਜਿਹੜੀ ਮੋਟਰ ਹੈ ਉਹਦੇ ਵਿੱਚੋਂ ਪਾਣੀ ਆ ਰਿਹਾ। ਆਪਣਾ ਟੈਂਕੀ 'ਚ ਨੂੰ ਪਾਣੀ ਆ ਪੈਪ ਲਾ ਕੇ ਭਰਦਾ ਹੁੰਦਾ ਜੀ, ਅਤੇ ਆਪਾਂ ਨੇ ਇੱਧਰੋਂ ਕੱਢਿਆ ਹੋਇਆ। ਦੇਖੋ ਪਾਣੀ ਤਾਂ ਹਜੇ ਬਹੁਤ ਆ ਰਿਹਾ। ਅੱਛਾ ਦੇਖੋ ਜੀ ਇੱਧਰੋਂ ਟੈਂਕੀ ਨਾਲ ਆਪਾਂ ਨੇ ਘਰ ਵਾਲੀ ਮੋਟਰ ਨਾਲ ਹੀ, ਮੋਟਰਾਂ ਵਾਲੀ ਲਾਈਟ ਨਾ ਹੋਣ ਕਰਕੇ ਮੋਟਰਾਂ ਵਾਲੀ ਮੋਟਰ ਨਹੀਂ ਚੱਲਦੀ ਹਜੇ, ਟਾਈਮ ਨਾਲ ਲਾਈਟ ਆਊਗੀ ਫਿਰ ਇਹ ਕਿਹਾ ਵੀ ਠੰਡੇ ਠੰਡੇ ਲਾ ਦਿੰਦੇ ਹਾਂ, ਤਾਂ ਕਰਕੇ ਇੱਧਰੋਂ ਪਾਣੀ ਲਿਆ ਆਪਾਂ ਨੇ। ਉੱਧਰ ਪੁਸ਼ਪਿੰਦਰ ਜੀ ਇਕੱਲੀ ਇਕੱਲੀ ਬੇਲ ਨੂੰ ਲਾ ਰਹੇ ਨੇ। ਦੇਖੋ ਜੋ ਸਵੇਰੇ ਵੱਟਾਂ ਬਣਾ ਰਹੇ ਸੀਗੇ ਤਾਂ ਬਿਲਕੁਲ ਛੋਂ ਸੀਗੀ ਸਾਰੇ, ਹੁਣ ਸਾਰੇ ਧੁੱਪ ਆ ਗਈ, ਹੌਲੀ ਹੌਲੀ ਇੱਥੇ ਵੀ ਆ ਜਾਊਗੀ। ਅਤੇ ਇੱਕ ਬੇਲ ਲਾਉਂਦੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਦੇਖੋ ਇਹਨੂੰ ਬੇਲ ਨੂੰ ਐਵੇਂ ਰੱਖ ਦੇਣਾ, ਮਿੱਟੀ ਪਾ ਦੇਣੀ ਹੈ, ਫਿਰ ਇਹਨੂੰ ਦੇ ਦੇਣਾ ਜੀ ਪਾਣੀ। ਐਵੇਂ ਕਰਕੇ ਆਪਣੀਆਂ ਸਾਰੀਆਂ ਬੇਲਾਂ ਲੱਗ ਜਾਣਗੀਆਂ। ਦੇਖੋ ਦੇਖੋ ਹੁਣ ਆਪਾਂ ਨੇ ਕਿੱਥੇ ਲਾਈਆਂ ਨੇ, ਵੱਟ ਦੇ ਉੱਤੇ ਲਾਈਆਂ ਨੇ ਟੇਢੀ ਜਿਹੀ ਕਰਕੇ, ਥੱਲੋਂ ਇਹਨਾਂ ਨੂੰ ਪਾਣੀ ਮਿਲੀ ਜਾਇਆ ਕਰੂਗਾ ਜੀ। ਬਸ ਦੇਖਦੇ ਹੀ ਦੇਖਦੇ ਆਪਣੀਆਂ ਇਹ ਬੇਲਾਂ ਨੇ ਜਿਹੜੀਆਂ ਇਹ ਲੱਗ ਜਾਣਗੀਆਂ ਜੀ। ਦੇਖੋ ਆ ਦੋ ਤਾਂ ਲੱਗ ਵੀ ਗਈਆਂ, ਬਸ ਹੁਣ ਆ ਖਾਲ 'ਚ ਭਰ ਕੇ ਪਾਣੀ ਦੀ ਛੱਡ ਦੇਣੀ ਹੈ, ਆਪਣੇ ਆਪ ਇਹਨਾਂ ਨੂੰ ਪਾਣੀ ਮਿਲੀ ਜਾਊਗਾ। ਇਹ ਤਰ੍ਹਾਂ ਤਰ੍ਹਾਂ ਦੀਆਂ ਬੇਲਾਂ ਨੇ, ਘੀਆ ਕੱਦੂ, ਚੱਪਣ ਕੱਦੂ, ਭਿੰਡੀ, ਕਰੇਲੇ, ਟਿੰਡੇ, ਜਿੰਨੀ ਵੀ ਗਰਮੀ ਵਾਲੀਆਂ ਸਬਜ਼ੀਆਂ ਨੇ ਜੀ ਸਾਰੀਆਂ ਦੇਖੋ ਲਾ ਦੇਣੀਆਂ ਨੇ। ਠੀਕ ਹੈ ਜੀ ਆਪਣੀ ਸਬਜ਼ੀ ਲੱਗਦੀ ਹੈ। ਹਾਂ ਹਾਂ ਹੋਰ ਹੈਲੋ ਜੀ। ਦੇਖੋ ਦੇਖੋ ਉੱਧਰ ਭੈਣਾਂ ਕੱਖ ਕੱਢਦੀਆਂ ਨੇ ਆਪਣੇ ਕੰਮ ਲੱਗਿਆਂ, ਸਾਡੇ ਖੇਤਾਂ 'ਚ ਤਾਂ ਰੌਣਕ ਇੰਨੀ ਓ ਰਹਿੰਦੀ ਹੈ ਜੀ। ਆ ਦੇਖੋ ਉਹ ਕੱਖ ਵੱਢ ਰਹੀਆਂ ਨੇ, ਉਹ ਕੱਖ ਲੈਣ ਜਾ ਰਹੀ ਹੈ। ਹਾਂ ਕੋਈ ਗੱਲ ਨਹੀਂ, ਲੱਭ ਪਤਾ ਤਾਂ ਲੱਗੂਗਾ ਵੀ ਆਹ ਕਾਹਦੀ ਕਾਹਦੀ ਆ, ਮਿਕਸ ਨੂੰ ਕੀ ਆ, ਬੇਲਾਂ ਤਾਂ ਬੇਲਾਂ ਹੀ ਨੇ। ਹੈਲੋ ਜੀ, ਜਿਹੜੀ ਆਪਾਂ ਨੇ ਕਿਆਰੀਆਂ ਤੁਹਾਨੂੰ ਸਮਰਾਉਂਦੇ ਬੇਲਾਂ ਲਾਉਂਦੇ ਦਿਖਾਈਆਂ ਸੀ, ਹੁਣ ਸਾਰੀਆਂ ਦੇ ਵਿੱਚ ਉਹ ਦੇਖੋ ਮੋਟਰ ਦੇ ਪੈਪ ਨਾਲ
ਉਹ ਦੇਖੋ ਮੋਟਰ ਦੇ ਪੈਪ ਨਾਲ ਪਾਣੀ ਲੱਗ ਰਿਹਾ ਹੈ। ਅਤੇ ਸਾਰੀਆਂ ਬੇਲਾਂ ਨੂੰ ਆਪਣੀਆਂ ਨੂੰ ਪਾਣੀ ਲੱਗ ਗਿਆ ਜੀ। ਆਪਣੀਆਂ ਬੇਲਾਂ ਨੇ ਜਿਹੜੀਆਂ ਇਹ ਐਵੇਂ ਹੋ ਜਾਣੀਆਂ ਨੇ, ਗਰਮੀਆਂ ਦੀਆਂ ਸਬਜ਼ੀਆਂ ਆਪਾਂ ਨੂੰ ਮਿਲ ਜਾਣੀਆਂ ਨੇ ਖਾਣ ਨੂੰ। ਠੀਕ ਹੈ ਭੈਣ, ਫਿਰ ਇੱਧਰ ਆਪਾਂ ਬਣਾਉਣ ਲੱਗੇ ਜੀ ਨਮਕੀਨ ਚਾਵਲ, ਜਿਹਦੇ ਵਾਸਤੇ ਆਪਾਂ ਨੇ ਆਹ ਪਿਆਜ਼ ਦੀ ਦਾਲ ਨੂੰ ਭੁੰਨ ਵਿੱਚ ਲੂਣ ਵਿੱਚ ਪਾ ਦਾਂਗੇ ਜੀ, ਅਤੇ ਫਿਰ ਨਮਕੀਨ ਚਾਵਲ ਬਣਾਵਾਂਗੇ। ਹਲੋ ਜੀ, ਆਪਾਂ ਨੇ ਤੜਕਾ ਭੁੰਨ ਕੇ ਚੌਲ ਪਾ ਕੇ ਵਿੱਚ ਪਾਣੀ ਪਾ ਤਾ, ਲੂਣ ਵਿੱਚ ਸਾਰਾ ਕੁਛ ਪਾ ਤਾ ਜੀ, ਅਤੇ ਆਪਣੇ ਨਮਕੀਨ ਚੌਲ ਬਣ ਜਾਣਗੇ। ਹੁਣ ਆਪਾਂ ਨਾ ਪਹਿਲਾਂ ਇਹਨੂੰ ਖੁੱਲ੍ਹੇ ਪਕਾਵਾਂਗੇ ਪੂਰੇ 15 ਮਿੰਟ, ਊਂ ਢੱਕਣ ਲਾ ਦਾਂਗੇ ਜੀ, ਢੱਕ ਦਾਂਗੇ, ਸੀਟੀ ਨਹੀਂ ਵਜਾਉਂਦੇ। ਆਪਾਂ ਨੇ ਦਹੀਂ ਲਿਆ ਜੀ, ਦਹੀਂ 'ਚ ਹਰਾ ਲੂਣ ਮਿਰਚ ਕੁੱਟਿਆ ਹੋਇਆ ਪਾਇਆ, ਆਹ ਨਮਕ, ਆਹ ਮਿਰਚ ਵਿੱਚੇ ਬੂੰਦੀ, ਉਹ ਭੈਣੇ ਜਿਹੜਾ ਆਪਾਂ ਨੇ ਉੱਧਰ ਲੂਣ ਮਿਰਚ ਬਣਾਇਆ ਸੀਗਾ ਅਤੇ ਉਹ ਬਿਲਕੁਲ ਸੁੱਕ ਗਿਆ ਦੇਖੋ। ਆਪਾਂ ਕਿੰਨਾ ਟਾਈਮ ਮਰਜ਼ੀ ਇਹਨੂੰ ਰੱਖ ਸਕਦੇ ਹਾਂ, 3 ਮਹੀਨੇ 6 ਮਹੀਨੇ ਦਾ ਕੁਛ ਨਹੀਂ ਵਿਗੜਦਾ। ਹਰੀ ਮਿਰਚ ਦਾ ਕੁੱਟੀ ਹੋਈ ਹੈ, ਇਹ 'ਚ ਨਮਕ ਪਾਇਆ, ਨਮਕ ਬੂੰਦੀ ਪਾ ਕੇ ਜੀ ਬੂੰਦੀ ਹਰੇ ਨਮਕ ਮਿਰਚ ਵਾਲਾ ਦਹੀਂ ਆ ਤਿਆਰ ਹੈ। ਥੋੜ੍ਹਾ ਜਿਹਾ ਪਾਇਆ ਜੀ ਕੌਲੀ ਗਵਾ ਕੇ, ਆਪਾਂ ਨੇ ਸਿੰਪਲ ਬਣਾਉਣਾ ਸੀ। ਲਓ ਜੀ ਇੱਧਰ ਆਪਣਾ ਦਹੀਂ ਅਤੇ ਇੱਧਰ ਚਾਵਲ ਬਿਲਕੁਲ ਤਿਆਰ ਨੇ ਬਣ ਕੇ, ਦਹੀਂ ਚਾਵਲ ਵਿਦ ਸਬਜ਼ੀ। ਭੈਣੇ ਛਕੋ ਤੁਸੀਂ ਵੀ ਸਾਡੇ ਨਾਲ ਟੇਸਟੀ ਜਿਹੇ ਚਾਵਲ,